ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਵੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਇਹੀ ਆ ਕਿ ਜਦੋਂ ਅਬਜ਼ਰਵਰ ਦੀ ਰਿਪੋਰਟ ਆ ਜਾਂਦੀ ਆ, ਰਿਟਰਨਿੰਗ ਅਫਸਰ ਆਪਣੀਆਂ ਪ੍ਰਿਜ਼ਾਈਡਿੰਗ ਅਫਸਰ ਦੀ ਡਾਇਰੀ ਪੜ੍ਹ ਲੈਂਦਾ ਤਾਂ ਇੱਕ ਰਿਪੋਰਟ ਕੰਸੋਲੀਡੇਟਡ ਕਮਿਸ਼ਨ ਨੂੰ ਭੇਜਦਾ। ਉਸ ਰਿਪੋਰਟ ਨੂੰ ਕੰਸਿਡਰ ਕਰਕੇ ਫੈਸਲਾ ਕੀਤਾ ਜਾਂਦਾ ਕਿ ਕਿਸੇ ਪੋਲਿੰਗ ਸਟੇਸ਼ਨ ਵਿੱਚ ਰੀਪੋਲ ਕਰਵਾਉਣਾ ਹੈ ਜਾਂ ਨਹੀਂ ਕਰਵਾਉਣਾ। ਜੇਕਰ ਰੀਪੋਲ ਕਰਵਾਉਣਾ ਪੈਂਦਾ ਤਾਂ ਉਹਦੇ ਲਈ ਇੱਕ ਦਿਨ ਦਾ ਵਕਫਾ ਜ਼ਰੂਰ ਚਾਹੀਦਾ। ਇਹ ਸਾਰਿਆਂ ਨੂੰ ਮੱਦੇਨਜ਼ਰ ਵੇਖਦੇ ਹੋਏ 2 ਦਿਨ ਦਾ ਵਕਫਾ ਦਿੱਤਾ ਗਿਆ ਕਿ ਸਾਡੇ ਕੋਲ ਜਦੋਂ 24 ਤਰੀਕ ਨੂੰ ਵੋਟਾਂ ਪੈ ਜਾਣ, ਅਬਜ਼ਰਵਰਾਂ ਦੀ ਰਿਪੋਰਟ ਆ ਜਾਵੇ, ਰਿਟਰਨਿੰਗ ਅਫਸਰਾਂ ਦੀ ਰਿਪੋਰਟ ਆ ਜਾਵੇ ਕਿ ਜੋ ਜੋ ਹਾਲਾਤ ਹਨ ਉਹਨਾਂ ਨੂੰ ਦਰਸਾਉਂਦੀ ਰਿਪੋਰਟ ਆ ਜਾਵੇ, ਕਮਿਸ਼ਨ ਉਹ ਸਾਰੀਆਂ ਰਿਪੋਰਟਾਂ ਨੂੰ ਵਿਚਾਰਦੇ ਹੋਏ ਫੈਸਲਾ ਕਰੂਗਾ ਕਿ ਆਇਆ ਸਾਰੇ ਪੋਲਿੰਗ ਸਟੇਸ਼ਨਾਂ ਵਿੱਚ ਵੋਟਾਂ ਸਹੀ ਪਈਆਂ ਨੇ। ਜੇ ਕਿਤੇ ਕਮੀ ਪੇਸ਼ੀ ਹੈ ਔਰ ਐਸੇ ਹਾਲਾਤ ਨੇ ਕਿ ਵੋਟਿੰਗ ਰੀਪੋਲ ਕਰਾਉਣ ਦੀ ਜ਼ਰੂਰਤ ਪੈ ਜਾਂਦੀ ਹੈ, ਉਹ 26 ਨੂੰ ਰੀਪੋਲ ਕਰਾਇਆ ਜਾ ਸਕੇ ਔਰ ਤਾਂ ਹੀ ਉਸ ਤੋਂ ਮਗਰੋਂ 27 ਨੂੰ ਕੰਟੀਨਿਊ। ਲੁਧਿਆਣਾ ਤੋਂ ਯੋਗੇਸ਼ ਕਪੂਰ ਦੀ ਰਿਪੋਰਟ, ਚੈਨਲ 2।